ਮੈਨੂੰ ਇੱਕ ਸਾਲ ਹੋ ਗਿਆ, ਇੱਕ ਸਾਲ ਤੋਂ ਫਿਸਟੁਲਾ ਦੀ ਪ੍ਰੋਬਲਮ ਸੀ, ਤਾਂ ਮੈਂ ਦਵਾਈਆਂ ਵੀ ਖਾਧੀਆਂ, ਦੇਸੀ ਨਾਲ ਕੋਈ ਫਰਕ ਪਿਆ? ਫਿਰ ਮੈਂ ਯੂਟਿਊਬ 'ਤੇ ਦੇਖਿਆ, ਮੈਂ ਇੱਥੇ ਡਾਕਟਰ ਜਸਮੀਤ ਸਿੰਘ ਅਹਲੂਵਾਲੀਆ ਨੂੰ ਮਿਲਿਆ ਕਿ ਆਪਾਂ, ਫਿਰ ਉਹਨਾਂ ਨੇ ਮੈਨੂੰ ਦੱਸਿਆ ਇਹਦਾ ਵੀ ਲੇਜ਼ਰ ਓਪਰੇਸ਼ਨ ਹੋਣਾ ਹੈ। ਫਿਰ ਮੈਂ ਲੇਜ਼ਰ ਓਪਰੇਸ਼ਨ ਕਰਾਇਆ ਅਤੇ ਕੋਈ ਦਰਦ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ। ਹਿਮਾਚਲ ਤੋਂ ਬਿਲੋਂਗ ਕਰਦਾ ਹੈ। ਮੈਨੂੰ ਇੱਕ ਸਾਲ ਹੋ ਗਿਆ, ਇੱਕ ਸਾਲ ਤੋਂ ਫਿਸਟੁਲਾ ਦੀ ਪ੍ਰੋਬਲਮ ਸੀ, ਤਾਂ ਮੈਂ ਦਵਾਈਆਂ ਵੀ ਖਾਧੀਆਂ, ਦੇਸੀ ਨਾਲ ਕੋਈ ਫਰਕ ਪਿਆ? ਫਿਰ ਮੈਂ ਯੂਟਿਊਬ 'ਤੇ ਦੇਖਿਆ ਸਟਾਰ ਹੋਸਪਿਟਲ ਜਲੰਧਰ, ਫਿਰ ਮੈਂ ਇੱਥੇ ਆਇਆ, ਇੱਥੇ ਮੈਨੂੰ ਇੱਥੇ ਡਾਕਟਰ ਜਸਮੀਤ ਸਿੰਘ ਅਹਲੂਵਾਲੀਆ ਨੂੰ ਮਿਲਿਆ ਕਿ ਆਪਾਂ, ਫਿਰ ਉਹਨਾਂ ਨੇ ਮੈਨੂੰ ਦੱਸਿਆ ਇਹਦਾ ਵੀ ਲੇਜ਼ਰ ਓਪਰੇਸ਼ਨ ਹੋਣਾ ਹੈ। ਫਿਰ ਮੈਂ ਲੇਜ਼ਰ ਓਪਰੇਸ਼ਨ ਕਰਾਇਆ ਅਤੇ ਕੋਈ ਦਰਦ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ, ਤਾਂ ਇਸ ਕਰਕੇ ਮੇਰਾ ਓਪਰੇਸ਼ਨ ਠੀਕ ਹੈ ਹੁਣ। ਮੈਂ ਵੀ ਮਹੀਨਾ ਹੋ ਗਿਆ, ਮੰਥ ਹੋ ਗਿਆ ਇੱਕ ਦਵਾਈ ਖਾਂਦੇ, ਮੈਨੂੰ ਬਿਲਕੁਲ ਠੀਕ ਹੈ ਮੈਂ ਹੁਣ। ਅਤੇ ਨਾਲ ਇੱਥੇ ਡਾਕਟਰ ਜਸਮੀਤ ਸਿੰਘ ਅਹਲੂਵਾਲੀ ਆ, ਉਹਨਾਂ ਦਾ ਵਿਹਾਰ ਬਹੁਤ ਅੱਛਾ ਹੈ, ਇਹਨਾਂ ਦਾ ਸਟਾਫ ਜਿਹੜਾ ਬਹੁਤ ਅੱਛੇ ਹੈ। ਜਿਸ ਕਿਸੇ ਨਾਲ ਵੀ ਫਿਸਟੁਲਾ ਜਾਂ ਫਿਸ਼ਰ ਦੀ ਪ੍ਰੋਬਲਮ ਹੋਵੇ, ਉਹ ਸਟਾਫ ਜਲੰਧਰ ਆਏ, ਇੱਥੇ ਚੈੱਕਅਪ ਵਧੀਆ ਹੁੰਦਾ ਹੈ, ਬਹੁਤ ਵਧੀਆ ਸਟਾਫ ਹੈ ਸਾਰਾ।